ਦਿੱਲੀ ਦੇ ਪੀਰਾਗੜੀ ਇਲਾਕੇ ਵਿੱਚ ਵੀਰਵਾਰ ਦੀ ਸਵੇਰ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ ਅਤੇ ਜ਼ੋਰਦਾਰ ਧਮਾਕੇ ਨਾਲ ਬਿਲਡਿੰਗ ਢਹਿ ਗਈ। ਇਸ ਕਾਰਨ ਫੈਕਟਰੀ ਵਿੱਚ ਮੌਜੂਦ ਲੋਕਾਂ ਸਮੇਤ ਕਈ ਫਾਇਰ ਬ੍ਰਿਗੇਡ ਕਰਮਚਾਰੀ ਵੀ ਫਸ ਗਏ। ਤੜਕੇ ਅੱਗ ਦੀ ਸੂਚਨਾ ਮਿਲਣ 'ਤੇ ਫਾਇਰ ਬ੍ਰਿਗੇਡ ਕਰਮਚਾਰੀ ਬਚਾਅ ਲਈ ਪੁੱਜੇ ਸਨ। ਇਸੇ ਦੌਰਾਨ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਬਿਲਡਿੰਗ ਦੀ ਢਹਿ ਗਈ। ਇਸ ਵਿੱਚ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ। ਬਿਲਡਿੰਗ ਦੇ ਮਲਬੇ ਵਿੱਚ ਕਿੰਨੇ ਲੋਕ ਫਸੇ ਹਨ ਇਸ ਨੂੰ ਲੈ ਕੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਬਚਾਅ ਕੰਮ ਜਾਰੀ ਹੈ। ਬਚਾਅ ਕੰਮ ਵਿੱਚ ਕੁੱਲ 35 ਫਾਇਰ ਬ੍ਰਿਗੇਡ ਕਰਮਚਾਰੀ ਜੁਟ ਗਏ ਹਨ।